ਰਵਿਆ ਕਰਵਾਉਣ ਨੂੰ ਜੀ ਕਰਦਾ ਬੇਬੇ ਨਾ ਮੰਨਦੀ ਮੇਰੀ। ਪਹਿਲਾਂ ਬੇਬੇ ਤੇ ਮਨਾ ਲਾ, ਵਿਆਹ ਵੀ ਕਰਾ ਲਈ। ਬੇਬੇ ਯਾਰ ਤੈਨੂੰ ਪਤਾ ਨਹੀਂ ਨਾ ਬੇਬੇ ਦੇ ਸੁਭਾਅ ਦਾ, ਬੇਬੇ ਏਡੀ ਸੌਖੀ ਥੋੜਾ ਮੰਨੀ ਤੇ ਨਾਲੇ ਬੇਬੇ ਨੂੰ ਤੇ ਮਨਾਈ ਤੋਂ ਬਾਅਦ ਚ ਬਣਿਆ ਰਹਿੰਦਾ ਸ਼ਾਲ ਵੇਚਣ ਵਾਲਾ ਲਾ ਪਰਾ ਇਹਨੂੰ। ਯਾਰ ਬੇਬੇ ਨੂੰ ਕਿਵੇਂ ਮਨਾਇਆ ਜਾਵੇ? ਦੇਖ ਬਈ ਮੈਂ ਤੇ ਬੇਬੇ ਨੂੰ ਮਨਾਉਂਦੀ ਨਹੀਂ, ਇਹ ਤੂੰ ਸੋਚ ਵੀ ਤੂੰ ਕਿੱਦਾਂ ਮਨਾਉਣਾ। ਐ ਕਰ ਫਿਰ ਤੂੰ ਮੇਰੇ ਨਾਲ ਚੱਲ, ਬੇਬੇ ਨੂੰ ਮੈਂ ਮਨਾ ਲੂ, ਮੈਨੂੰ ਮਾੜਾ ਜਿਹਾ ਝੂਠ ਬੋਲਣਾ ਪੈਣਾ, ਬਸ ਤੂੰ ਮੇਰੀ ਹਾਂ 'ਚ ਹਾਂ ਮਿਲਾਉਣੀ ਆ, ਗੱਲ ਖਤਮ। ਕਿਹੜਾ ਝੂਠ? ਇਹ ਆਪਾਂ ਦੇਖ ਲੈਂਦੇ ਜਾ ਕੇ, ਬਸ ਤੂੰ ਹਾਂ 'ਚ ਹਾਂ ਮਿਲਾਉਣੀ ਆ, ਚੱਲ ਚੱਲੀ। ਦੇਖ ਜਸ ਕੇਰਤ ਮੈਨੂੰ ਫਸਾਵੀ ਨਾ, ਮੇਰੇ ਤੋਂ ਜ਼ਿਆਦਾ ਝੂਠ ਨਹੀਂ ਬੋਲੇ ਜਾਂਦੇ। ਆਲਰੇਡੀ ਫਸੀ ਹੋਈ ਆ ਮੇਰੇ ਨਾਲ, ਹੋਰ ਕਿੰਨਾ ਫਸ ਜਾਣਾ। ਚੱਲ 2 ਮਿੰਟ ਤੋਂ ਇੱਥੇ ਖੜ, ਮੈਂ ਵੇਖ। ਮਾਤਾ ਹਾਂ ਕਿਵੇਂ ਆ? ਠੀਕ ਆ, ਅੱਜ ਤੈਨੂੰ ਕੀ ਹੋਇਆ? ਬਸ ਜਿਹੜੇ ਤੁਸੀਂ ਕਹਿੰਦੇ ਸੀ ਨਾ ਇੱਥੇ ਪੱਕਾ ਕਿਵੇਂ ਹੋਏਗਾ, ਪੱਕਾ ਹੋ ਗਿਆ ਤੇਰਾ ਬੁੱਤ ਇੱਥੇ ਅੱਜ। ਕਿਵੇਂ ਪੱਕਾ ਹੋ ਗਿਆ ਤੂੰ? ਪੱਕੀ ਕੁੜੀ ਲੱਭ ਲਈ, ਐ ਪੈਂਦੀ ਆ ਗੇਮ। ਪੱਕੀ ਕੁੜੀ? ਹਾਂ। ਕਿੱਥੋਂ ਮਿਲ ਗਈ ਤੈਨੂੰ? ਇਹ ਤੈਨੂੰ ਮਿਲਾਉਣਾ, ਮਿਲਾਵਾਂ ਕੁੜੀ ਨੂੰ? ਮਿਲਾ ਪੁੱਤ ਮਿਲਾ। ਪਰੀ ਆ ਜਾਓ ਮਿਲ ਮਾਤਾ, ਫਿਰ ਕਹਿੰਦੇ ਸੀ ਪੱਕਾ ਨਹੀਂ ਹੋਣਾ, ਪੱਕੇ ਨਹੀਂ ਹੋਣਾ। ਹੱਸਣੀ ਕਾ ਤੀ ਐ, ਤੂੰ ਪੱਕੀ ਆ? ਪੱਕੀ ਸਕਲੋ ਤਾਂ ਪੱਕੀ ਲੱਗਦੀ ਆ। ਪੱਕੀ ਆ, ਪੱਕੀ ਆ, ਪਿਆਰ ਚ ਪੱਕੀ ਆ, ਪੱਕੀ ਆ ਮਾਤਾ, ਪੱਕੀ ਆ, ਕੰਮ ਧੰਦਾ ਸਾਰਾ ਕੁਛ, ਸਾਰਾ ਕੁਛ ਆਉਣਾ ਪੁੱਤ ਤੈਨੂੰ। ਹੈ ਆਂਟੀ ਮੈਂ ਕਾਫੀ ਕੁਛ ਕਰ ਲੈਂਦੀ ਆ। ਕੀ ਕਰ ਲੈਂਦੀ ਆ ਆਂਟੀ? ਜਿੱਦਾਂ ਕਿ ਮੈਨੂੰ ਮੈਗੀ ਵੀ ਬਣਾਉਣੀ ਆਉਂਦੀ ਆ, ਤੇ ਮੈਨੂੰ ਆਲੂ ਵੀ ਬੋਇਲ ਕਰਨੇ ਆਉਂਦੇ ਆ, ਤੇ ਮੈਨੂੰ ਐਗਸ ਵੀ ਬੋਇਲ ਕਰਨੇ ਆਉਂਦੇ ਆ, ਫਿਰ ਮੈਂ ਚਾਹ ਚ ਮਿੱਠਾ ਵੀ ਪਾ ਲੈਂਦੀ ਆ, ਮੈਨੂੰ ਦੁੱਧ ਵੀ ਬਣਾਉਣਾ ਆਉਂਦਾ, ਬਹੁਤ ਕੁਛ ਆਉਂਦਾ। ਬੇਵਕੂਫ ਵੀ ਬਣਾਉਣਾ ਆਉਂਦਾ ਇਹਨੂੰ ਮਾਤਾ। ਅੱਛਾ ਪੁੱਤ ਤੂੰ ਆਟਾ ਉੱਟਾ ਗੁੰਨ ਲੈਂਦੀ ਆ, ਰੋਟੀ ਬਣਾ ਲੈਂਦੀ ਆ? ਫਿਰ ਆਏ ਕਰ, ਮੈਨੂੰ 2 ਮਿੰਟ ਕੰਮ ਆ, ਆਟੇ 'ਚ 2 ਮੁੱਕੀਆਂ ਮਾਰ ਦੇ। ਠੀਕ ਹੈ ਆਂਟੀ, ਹਾਂਜੀ ਠੀਕ ਆ, ਇਹਨੂੰ ਗੁੰਨਦੀ ਸਵਾਰ ਕੇ। ਚਲੋ ਆਟੇ 'ਚ ਮੁੱਕੀਆਂ ਮੁੱਕੀਆਂ ਕਿੱਦਾਂ? ਮੇਰੇ ਮਾਰਦੀ ਹੁੰਦੀ ਆ ਮੱਥਾ। ਓ ਓਕੇ ਠੀਕ ਆ। ਟੈਸਟ ਆ ਤੇਰਾ? ਡੋਨਟ ਕਿੰਨੀਆਂ ਮਾਰਨੀਆਂ ਸੀ ਆਂਟੀ? ਤੁਸੀਂ ਮੈਨੂੰ ਕਿੰਨੀਆਂ ਮੁੱਕੀਆਂ ਗਈਆਂ ਸੀ ਮਾਰਨ ਨੂੰ? ਉਹ ਤਾਂ 2 ਕ। ਅੱਛਾ ਆਂਟੀ, ਕੱਲ੍ਹ ਮੈਂ 2 ਹੋਰ ਮਾਰਤੀਆਂ। ਪੁੱਤ ਤੈਨੂੰ ਮੈਂ ਕੁੱਟਣ ਨੂੰ ਨਹੀਂ ਸੀ ਕਿਹਾ, ਤੈਨੂੰ ਗੁੰਨਣ। ਮੈਨੂੰ ਤਾਂ ਨਹੀਂ ਲੱਗਦਾ ਵੀ ਤੂੰ ਪੱਕੀ ਆ, ਤੂੰ ਤਾਂ ਸਾਰੇ ਕੰਮਾਂ 'ਚ ਕੱਚੀ ਆ। ਪੱਕੀ ਆ ਮੰਮੀ। ਇੱਕ ਸੈਕਿੰਡ ਤੋਂ ਚੁੱਪ ਰਹਿ ਆਂਟੀ। ਪਹਿਲਾਂ ਤਾਂ ਤੁਸੀਂ ਮੈਨੂੰ ਇਹ ਦੱਸੋ ਕਿ 1/2 ਘੰਟੇ ਤੋਂ ਤੁਸੀਂ ਦੋਵਾਂ ਨੇ ਕੱਚਾ ਪੱਕਾ ਕੱਚੀ ਪੱਕੀ ਲਾਇਆ ਹੋਇਆ, ਮੈਨੂੰ ਪਹਿਲਾਂ ਇਹ ਸਮਝਾਓ ਇਹ ਕੀ ਆ। ਮੈਂ ਪੁੱਤ ਐਂ ਪੁੱਛਦੀ ਆ, ਤੂੰ ਆਸਟ੍ਰੇਲੀਆ 'ਚ ਪੱਕੀ ਆ? ਪੱਕੀ ਆ ਮਾਤਾ, ਪੱਕੀ। ਤੂੰ ਚੁੱਪ ਹੈ। ਅੱਛਾ ਠੀਕ ਹੈ, ਮੈਂ ਹੁਣ ਸਮਝ ਗਈ, ਤੂੰ ਚੁੱਪ ਰਹਿ। ਦੇਖੋ ਆਂਟੀ, ਮੈਂ ਤੁਹਾਨੂੰ ਕੋਈ ਝੂਠ ਨਹੀਂ ਬੋਲਣਾ ਚਾਹੁੰਦੀ, ਮੈਂ ਇੱਥੇ PR ਨਹੀਂ ਆ। ਅਸੀਂ ਤੁਹਾਨੂੰ ਝੂਠ ਬੋਲ ਕੇ ਧੋਖਾ ਦੇ ਕੇ ਵੀ ਮਨਾ ਸਕਦੇ ਸੀ, ਪਰ ਮੈਂ ਨਹੀਂ ਚਾਹੁੰਦੀ ਅਸੀਂ ਤੁਹਾਨੂੰ ਝੂਠ ਬੋਲੀਏ। ਹੁਣ ਮੈਂ ਤੁਹਾਨੂੰ ਦੱਸਦੀ, ਮੈਂ ਸਟੂਡੈਂਟ ਹਾਂ, ਮੈਂ ਇਹਦੇ ਨਾਲ ਪੜ੍ਹਦੀ ਹਾਂ, ਅਤੇ ਨਾਲੇ ਆਂਟੀ ਮੈਨੂੰ ਇੱਕ ਗੱਲ ਦੱਸੋ, ਜੇ ਮੈਂ ਪੱਕੀ ਹੁੰਦੀ ਕੀ ਗੱਲ ਮੈਂ ਤੁਹਾਡੀ ਅਤੇ ਇਹਦੀ ਜ਼ਿਆਦਾ ਇੱਜ਼ਤ ਕਰ ਲੈਣੀ ਸੀ? ਸਗੋਂ ਅਸੀਂ ਦੋਵੇਂ ਇਕੱਠੇ ਪੜ੍ਹ ਕੇ ਇੱਕ ਦੂਜੇ ਦਾ ਸਾਥ ਦੇ ਕੇ ਇਕੱਠੇ ਸਟਰਗਲ ਕਰਕੇ ਪੱਕੇ ਹੋਵਾਂਗੇ ਅਤੇ ਇੱਕ ਦੂਜੇ ਦੀ ਇੱਜ਼ਤ ਵੀ ਕਰਾਂਗੇ। ਜ਼ਰੂਰੀ ਨਹੀਂ ਹੈ ਕਿ ਪੱਕੀ ਕੁੜੀ ਲਿਆ ਕੇ ਤੁਹਾਨੂੰ ਸਾਰਾ ਕੁਛ ਮਿਲ ਜਾਣਾ ਆ। ਆਹ ਸਾਰੀਆਂ ਚੀਜ਼ਾਂ ਤਾਂ ਬਹੁਤ ਛੇਤੀ ਇੱਥੇ ਸੌਖੀਆਂ ਵੀ ਨਹੀਂ ਹਾਸਿਲ ਕਰਨੀਆਂ, ਥੋੜ੍ਹਾ ਟਾਈਮ ਲੱਗਦਾ, ਸਟਰਗਲ ਲੱਗਦਾ, ਪਰ ਆਂਟੀ ਮੈਂ ਇੱਕ ਤੁਹਾਨੂੰ ਚੰਗੀ ਇਨਸਾਨ ਤੁਹਾਡੀ ਬੇਟੀ ਬਣ ਕੇ ਦਿਖਾਉਂਗੀ, ਮੈਂ ਸਭ ਕੁਛ ਸਿੱਖ ਲਵਾਂਗੀ, ਮੈਂ ਆਪਣੇ ਮਾਂ ਪਿਓ ਦੀ ਵੀ ਬਹੁਤ ਇੱਜ਼ਤ ਕਰਦੀ ਹਾਂ ਅਤੇ ਦੂਜਿਆਂ ਦੀ ਵੀ। ਫਿਰ ਤਾਂ ਪੁੱਤ ਤੂੰ ਬਾਹਲੀ ਹੋ ਚੰਗੀ ਕੁੜੀ ਆ, ਐਂ ਕਰ ਫਿਰ ਮੇਰੇ ਕਹੇ ਦੇ 5-7 ਮੁੱਕੀਆਂ ਹੋਰ ਮਾਰ ਦੇ। ਹਾਂ 5-7 ਮੁੱਕੀਆਂ ਮਾਰ ਦੇ ਪੁੱਤ। ਉਹ ਪੁੱਤ ਇਹ 'ਚ ਨਹੀਂ, ਆਟੇ 'ਚ ਮਾਰਨੀਆਂ। ਠੀਕ ਆ।